महाराज ये तो गीता दे अर्थ करा दो। सतगुरां ने कोल बिठाया ते नाल ब्राह्मण की चलाकी वेख के थोड़ा जिहा हस पै भी पढ़िया बंदा इन्ना चलाक हुंदा भी घट्टो घट बोलण वाला बंदा तो लैके आउंदा ना उहनूं बोलण की इजाज़त ते ना उहनूं सुणन की उहदे विच ताकत। ते सतगुरां ने कहा पंडित जी सलोक पढ़ो। इधरों उहने गीता का सलोक पढ़िया ते गुरु हरकृष्ण साहब सच्चे पातशाह ने अपने हाथ विच फड़ी हुई सोटी जिहड़ी आम तौर ते अपने हत्थां विच रखदे सन इस छज्जू चीर चेवर दे सिर दे उत्ते रख दित्ती। ख्याल करना गुरु विच इन्नी बरकत जे जिहड़ियां चीज़ां निरजिंद ने गुरु अपनी बरकत उहदे विचों भी पार कर दिंदा। आपां कई वारी कहिंदे आं कई वारी असीं तर्क विच चले जांदे आं ਵੀ ਬਾਣੀ ਦਾ ਪ੍ਰਭਾਵ ਕਿਸੇ ਚੀਜ਼ 'ਤੇ ਪੈਂਦਾ ਹੈ ਭਲਾ। ਸਾਡੇ ਸੱਜਣ ਕਹਿੰਦੇ ਨੇ ਗੁਰੂ ਕੇ ਸਵਾਰੇ ਉਹ ਜਿਉਂਦਿਆਂ ਬੰਦਿਆਂ ਦੀ ਤਾਂ ਗੱਲ ਵੱਖਰੀ ਹੈ। ਆਦਮੀ ਦੇ ਵਿੱਚ ਤਾਂ ਸਵਾਸ ਚੱਲਦੇ ਨੇ ਉਹਦੇ ਅੰਦਰ ਤਾਂ ਜੀਵਨ ਪਿਆ ਬਹਿੰਦਾ ਹੈ। ਗੁਰੂ ਆਪਣੀ ਆਈ ਤਾਂ ਆ ਜਾ ਅਤੇ ਲੱਕੜ ਦੇ ਵਿੱਚ ਵੀ ਜੀਵਨ ਪੈਦਾ ਕਰ ਦਿੰਦਾ ਹੈ। ਜਿਹੜੀ ਛੜੀ ਉਹਨਾਂ ਨੇ ਜਿਹੜੀ ਸੋਟੀ ਹੱਥ ਵਿੱਚ ਫੜੀ ਸੀ ਉਹਦੇ ਵਿੱਚ ਕੋਈ ਜਿੰਦ ਥੋੜ੍ਹੀ ਸੀ, ਇੱਕ ਲੱਕੜ ਦੀ ਸੋਟੀ ਸੀ, ਪਰ ਉਹਨਾਂ ਨੇ ਆਪਣੀ ਬਰਕਤ ਉਸ ਲੱਕੜ ਦੇ ਵਿੱਚੋਂ ਪਾਰ ਕਰ ਦਿੱਤੀ ਅਤੇ ਉਸ ਛੱਜੂ ਝੀਵਰ ਦੇ ਸਿਰ ਦੇ ਉੱਤੇ ਜਦੋਂ ਸੋਟੀ ਲਾਈ ਉਸ ਵਕਤ ਗੁਰੂ ਕੇ ਸਵਾਰਿਓ ਉਹਨੇ ਉਸ ਸਲੋਕ ਦੇ ਬਾਖੂਬੀ ਅਰਥ ਕੀਤੇ। ਪੰਡਿਤ ਹੈਰਾਨ ਹੋ ਗਿਆ ਇਹ ਗਿਆਨ ਕਿੱਧਰੋਂ ਆ ਰਿਹਾ ਅਤੇ ਅਰਥ ਵੀ ਉਹ ਕੀਤੇ ਜਿਹੜੇ ਅੱਜ ਤੱਕ ਲਿਖਤਾਂ ਵਿੱਚ ਨਹੀਂ ਸਨ ਆਏ। ਉਹਦਾ ਮੂੰਹ ਖੁੱਲ੍ਹਾ ਦਾ ਖੁੱਲ੍ਹਾ ਰਹਿ ਗਿਆ, ਬੜਾ ਹੈਰਾਨ ਪਰੇਸ਼ਾਨ। ਹੋਰ ਸਲੋਕ ਪੜ੍ਹੇ, ਹੋਰ ਕਠਿਨ ਸਲੋਕ ਪੜ੍ਹਦਾ ਗਿਆ, ਪਰ ਛੱਜੂ ਝੀਵਰ ਹਰ ਇੱਕ ਸਲੋਕ ਦੇ ਅਰਥ ਕਰੀ ਜਾਂਦਾ ਹੈ। ਹੈਰਾਨੀ ਦੀ ਹੱਦ ਨਾ ਰਹੀ। ਇਤਿਹਾਸ ਕਹਿੰਦਾ ਹੈ ਕਿ ਉਸ ਵਕਤ ਉਸ ਬ੍ਰਾਹਮਣ ਨੇ ਜਿਹਨੇ ਆਪਣੇ ਗਲ ਵਿੱਚ ਜਨੇਊ ਪਾਇਆ ਹੋਇਆ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਆਇਆ, ਆਪਣੇ ਗਲ ਦੇ ਵਿੱਚੋਂ ਜਨੇਊ ਲਾ ਕੇ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਾਹਮਣੇ ਰੱਖ ਦਿੱਤਾ। ਹਾਰ ਮੰਨ ਲਈ। ਸਤਿਗੁਰਾਂ ਨੇ ਕਿਹਾ ਪੰਡਿਤ ਜੀ ਅਸੀਂ ਕਿਸੇ ਦਾ ਧਾਰਮਿਕ ਚਿੰਨ੍ਹ ਨਹੀਂ ਲਵਾਉਂਦੇ, ਇਹ ਜਨੇਊ ਚੁੱਕ ਕੇ ਆਪਣੇ ਗਲ ਵਿੱਚ ਪਾ ਲੈ ਅਤੇ ਜਨੇਊ ਦੇ ਅਰਥ ਸਮਝੇ ਕਾਹਦੇ ਵਾਸਤੇ ਤੂੰ ਪਹਿਨਿਆ। ਪਰ ਉਹਨੇ ਇਨਕਾਰ ਕਰ ਦਿੱਤਾ, ਕਹਿਣ ਲੱਗਾ ਨਹੀਂ ਮੈਨੂੰ ਸਿੱਖੀ ਦਾ ਦਾਨ ਦਿਓ, ਮੈਨੂੰ ਬਖਸ਼ਿਸ਼ ਕਰੋ, ਪਰ ਇੱਕ ਮੇਰਾ ਸ਼ੰਕਾ ਕੱਢ ਦਿਓ, ਇੱਕ ਮੇਰੇ 'ਤੇ ਕਿਰਪਾ ਕਰ ਦਿਓ। ਮੈਂ ਹੈਰਾਨ ਹਾਂ ਵੀ ਨਾ ਤਾਂ ਇਸ ਬੰਦੇ ਤੋਂ ਬੋਲਿਆ ਜਾਂਦਾ ਸੀ, ਨਾ ਇਹਨੂੰ ਸੁਣਦਾ ਅਤੇ ਇੰਨੀ ਮਹਿੰਗੇ ਸਲੋਕਾਂ ਦੇ ਅਰਥ ਇਹਨੇ ਕਿਵੇਂ ਕੀਤੇ ਨੇ, ਮੇਰੀ ਸਮਝ ਵਿੱਚ ਨਹੀਂ ਪਿਆ ਆਉਂਦਾ। ਅਤੇ ਸਤਿਗੁਰਾਂ ਨੇ ਬਚਨ ਕਹਿ ਕਹਿਣ ਲੱਗੇ ਲਾਲ ਚੰਦ ਤੂੰ ਪੜ੍ਹਿਆ ਬਹੁਤ ਹੈ ਪਰ ਤੈਨੂੰ ਇਸ ਗੱਲ ਦਾ ਇਲਮ ਨਹੀਂ। ਅਸਲ ਵਿੱਚ ਰੱਬ ਦੇ ਘਰ ਦੇ ਅਰਥ ਉਹ ਹੀ ਵਿਅਕਤੀ ਕਰ ਸਕਦੇ ਨੇ ਜਿਹੜੇ ਕੰਨਾਂ ਤੋਂ ਬੋਲੇ ਹੋਣ ਅਤੇ ਜ਼ੁਬਾਨ ਤੋਂ ਗੁੰਗੇ ਹੋਣ। ਕਹਿਣ ਲੱਗਾ ਸਮਝਿਆ ਨਹੀਂ। ਕਹਿਣ ਲੱਗੇ ਜਿਹੜੇ ਲੋਕ ਸੰਸਾਰ ਦੀ ਨਿੰਦਿਆ ਨਾ ਸੁਣਨ ਔਰ ਨਾ ਆਪਣੀ ਉਸਤਤ ਦੀ ਆਦਤ ਪਏ ਉਹਨਾਂ ਨੂੰ ਅਤੇ ਜਿਨ੍ਹਾਂ ਦੀ ਜ਼ੁਬਾਨ ਦਿਨ ਰਾਤ ਸੰਸਾਰ ਵਿੱਚ ਝੂਠ ਨਾ ਬੋਲੇ, ਨਿੰਦਿਆ ਤੋਂ ਬਚ ਕੇ ਰਹੇ, ਜਿਹੜੇ ਸੰਸਾਰ ਵੱਲੋਂ ਬੋਲੇ ਨੇ ਅਤੇ ਸੰਸਾਰ ਵੱਲੋਂ ਗੁੰਗੇ ਨੇ, ਯਾਨੀ ਕਿ ਸੰਸਾਰ ਜਿਨ੍ਹਾਂ ਨੂੰ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨੇ, ਨਾ ਇਹ ਕੁਝ ਸੁਣਦੇ ਨੇ ਕਿਸੇ ਦੀ ਅਤੇ ਨਾ ਇਹਨਾਂ ਨੂੰ ਸੰਸਾਰ ਵਿੱਚ ਬੋਲਣਾ ਆਉਂਦਾ ਹੈ, ਅਸਲ ਵਿੱਚ ਵਾਹਿਗੁਰੂ ਦੇ ਘਰ ਦੇ ਅਰਥ ਉਹ ਹੀ ਲੋਕ ਕਰ ਸਕਦੇ ਨੇ। ਇਸ ਲਈ ਸਤਿਗੁਰਾਂ ਨੇ ਕਿਰਪਾ ਕੀਤੀ ਉਸ ਬ੍ਰਾਹਮਣ 'ਤੇ ਵੀ ਔਰ ਉਹਦੇ ਤੋਂ ਅੱਗੇ ਚਲੇ ਗਏ, ਦਿੱਲੀ ਵਿੱਚ ਸੰਗਤਾਂ ਨੂੰ ਤਾਰਿਆ, ਬਿਮਾਰ ਲੋਕਾਂ ਦੀ ਇਮਦਾਦ ਕੀਤੀ। ਦਿੱਲੀ ਵਿੱਚ ਅੱਧਾ ਘੰਟਾ ਔਰੰਗਜ਼ੇਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਵਾਜ਼ੇ 'ਤੇ ਖੜ੍ਹਾ ਰਿਹਾ, ਪਰ ਕਹਿਣ ਲੱਗੇ ਇਹਨੂੰ ਦਰਸ਼ਨ ਨਹੀਂ ਦੇਣੇ, ਦਰਵਾਜ਼ਾ ਬੰਦ ਕਰ ਲਿਆ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਵਿੱਚ ਆਪਾਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਆਪ ਸਮੂਹ ਸੰਗਤਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਆਓ ਪਿਆਰ ਨਾਲ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਸ੍ਰੀ ਹਰਕ੍ਰਿਸ਼ਨ ਧਿਆਇਐ, ਸ੍ਰੀ ਹਰਕ੍ਰਿਸ਼ਨ ਧਿਆਇਐ, ਸ੍ਰੀ ਹਰਕ੍ਰਿਸ਼ਨ ਧਿਆਇਐ, ਸ੍ਰੀ ਹਰਕ੍ਰਿਸ਼ਨ ਧਿਆਇਐ।
ਜਿਸ ਡਿਠੈ ਸਭ ਦੁੱਖ ਜਾਏ, ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਜਿਸ ਡਿਠੈ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਕਰ ਨਉ ਨਿਧਿਆਵੈ ਤਾਏ, ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਕਰ ਨਉ ਨਿਧ ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਸ੍ਰੀ ਹਰਿ ਕ੍ਰਿਸ਼ਨ ਧਿਆਇਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।